माउंट एवरेस्ट की जर्नी के बारे में 5 डेज लगे थे उसमें चढ़ने के लिए। हमने फर्स्ट 2 डेज थोड़ी सी प्रैक्टिस की थी कैसे चलते हैं, उसके बाद जो हमारे गाइड्स थे फिर वो धीरे धीरे स्नो में लेके जा गए, तो उन्होंने 2 डेज स्नो पे अच्छे से करवाई कैसे पहनते हैं, कौन से वो पहनने हैं, माउंटेन्स पे कैसे वो स्टिक्स लेके चलते हैं। मेरे पास क्लाम वर्ल्ड रिकॉर्ड है, एशिया बुक ऑफ रिकॉर्ड है, इंडिया बुक ऑफ रिकॉर्ड है, स्टेट अवार्ड हमारे सीएम ने दिया है और मैंने गिनीज बुक ऑफ रिकॉर्ड किया है। एक नाइट थी तो उसमें मुझे वॉमिटिंग और बहुत कुछ हुआ था, मेरा मुझे फीवर चढ़ रहा था, बट मैंने अपने पापा को ये बात कही कि मुझे कल सुबह जाना है, बट पापा ने कहा हम सुबह नहीं जा सकते, बहुत तबीयत ख़राब है और अब बहुत पास पहुंच गए हैं, अब वेदर भी बहुत कंडीशंस होंगी, तो अभी एक दिन रेस्ट कर लो। बट उठ के सुबह जब मैं उठी तब मैं पापा को बोला कि मैं ठीक हूँ, अब मैं ठीक हूँ, पापा ने किया ठीक है। फिर उसके बाद हमने अपनी टीम के साथ स्टार्ट कर दी ट्रैकिंग। ਫਸਟ ਟਾਈਮ ਜਦੋਂ ਮਦਰ ਨੇ ਇਹਦੀ ਗੱਲ ਕੀਤੀ ਤਾਂ ਉਹਨਾਂ ਨੇ 21 ਵਰਡ ਯੂਜ਼ ਕੀਤਾ ਸੀਗਾ, ਪਾਗਲ ਹੋ ਕਿਆ ਗੱਲ ਕਰਦੇ ਪਏ, ਆਸਾਨ ਵੀ 7 ਸਾਲ ਦੀ ਬੇਟੀ ਹੈ, ਇਹ ਕਿੱਦਾਂ ਪੋਸੀਬਲ ਹੋ ਜੂਗਾ। ਅਤੇ ਮੈਂ ਉਹਨੂੰ ਦਿਖਾਇਆ ਕਿ ਨਹੀਂ, ਫੋਰਨ ਦੇ ਬੱਚੇ ਪਹਿਲਾਂ ਗਏ ਹੋਏ ਆ ਕਿਤੇ, ਅਤੇ ਆਪਣੀ ਬੱਚੀ ਇੱਕ ਚੰਗੀ ਟਰੈਕਰ ਹੈ ਔਰ ਇੱਕ ਰਿਕਾਰਡ ਨੂੰ ਵੀ ਮੇਨਟੇਨ ਕਰਦੀ ਹੈ, ਅਤੇ ਮੈਂ ਉਹਦੇ ਨਾਲ ਹੈ। ਬਟ ਜਦੋਂ ਉਹਨੂੰ ਮੈਂ ਕਿਹਾ ਕਿ ਦੇਸ਼ ਦਾ ਝੰਡਾ ਲਹਿਰਾਉਣਾ ਹੈ, ਦੇਸ਼ ਦੇ ਝੰਡੇ ਦੀ ਉਹਨੂੰ ਗੱਲ ਆ ਜਾਂਦੀ ਸਾਡੇ ਲਈ, ਉਹ ਬੜੀ ਮੇਨ ਇੰਪੋਰਟੈਂਟ ਗੱਲ ਹੁੰਦੀ ਹੈ। ਅਤੇ ਉਹ ਸਾਰੀ ਜਨ ਦੇਖਦੇ ਹੋਏ ਇਹਦੀ ਮਦਰ ਨੇ ਇੱਕ ਆਪਣਾ ਸਟਰੋਂਗ ਆਪਣਾ ਦਿਲ ਦਿਖਾਇਆ। ਸਾਨੂੰ ਵੀ ਡੇਲੀ ਆਪਣਾ ਮੋਰਨਿੰਗ ਉੱਠ ਕੇ ਚਲੋ ਸਕੂਲ ਜਾਂਦੀ ਹੈ, ਬਟ ਆ ਕੇ ਸ਼ਾਮ ਨੂੰ ਹਰ ਰੋਜ਼ ਜਿੰਮ ਕਰਦੀ ਹੈ। ਜਿੰਮ ਵੀ ਜੋ ਵੀ ਬੱਚੇ ਦੇ ਸਾਹਮਣੇ ਐਕਸਰਸਾਈਜ਼ ਹੁੰਦੀ ਹੈ, ਮੈਂ ਕਦੀ ਵੀ ਉਹਨੂੰ ਵਰਕ ਲੋਡ ਵਗੈਰਾ ਪਾ ਕੇ ਕੁਛ ਨਹੀਂ ਕਰਦਾ, ਕਿਉਂਕਿ ਮੈਂ ਇੱਕ ਜ਼ਿੰਦਗੀ 'ਚ ਮੇਰਾ ਇੱਕ ਹੋਰ ਮਾਇਨਾ ਹੈ ਕਿ ਇਹ ਸਭ ਕੁਛ ਕਰਦੇ ਹੋਏ ਸਾਨੂੰ ਦਾ ਬਚਪਨਾ ਕਿਤੇ ਮਰਨਾ ਨਹੀਂ ਚਾਹੀਦਾ। ਐਜ਼ ਅ ਮਦਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਉਹਦਾ ਖਾਣ ਪੀਣ ਦਾ ਕਿੱਦਾਂ ਰਹੇਗਾ, ਚਾਹੇ ਛੋਟੀ ਤੋਂ ਛੋਟੀ ਚੀਜ਼ ਹੈ, ਉਹਦੇ ਹੇਅਰਸ ਕੌਣ ਕੌਮ ਕਰੇਗਾ, ਉਹਨੂੰ ਸਭ ਇਹੀ ਸੋਚ ਰਹੇ ਸੀਗੇ ਕਿ ਨਹੀਂ ਹਲੇ ਬਹੁਤ ਛੋਟੀ ਹੈ, ਨਹੀਂ ਬਹੁਤ ਛੋਟੀ ਹੈ। ਪਰ ਉਹਦੇ ਫਾਦਰ ਔਰ ਉਹਦਾ ਦੋਨਾਂ ਦਾ ਹੌਸਲਾ ਦੇਖਦੇ ਹੋਏ ਸਭ ਨੇ ਫਿਰ ਆਪਣੇ ਵੱਲੋਂ ਅਪਰੂਵਲ ਦਿੱਤੀ ਕਿ ਨਹੀਂ ਚਲੋ ਲੈਟਸ ਗਿਵ ਅ ਟਰਾਈ। बड़े होके एयर इंडियन पायलट बनना चाहती हूँ और एरोप्लेन उड़ाना चाहती हूँ।